ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਮੇਰੇ ਯੂਟਿਊਬ ਚੈਨਲ ਨਵਦੀਪ ਸਿੰਘ ਲੁਧਿਆਣਵੀ 'ਤੇ। ਅੱਜ ਮੈਂ ਜਿਹੜਾ ਆਪਣੇ ਵੀਰਾਂ ਲਈ ਦਸਤਾਰ ਦਾ ਟਿਊਟੋਰੀਅਲ ਲੈ ਕੇ ਆਇਆ, ਵਟਾਂ ਵਾਲੀ ਦਸਤਾਰ ਦੇ ਵਿੱਚ ਪਿੰਚ ਪ੍ਰੋਬਲਮ ਆਉਂਦੀ ਹੈ, ਉਹਨੂੰ ਕਿਵੇਂ ਸੈੱਟ ਕਰਨਾ ਹੈ ਅਤੇ ਵੱਧ ਤੋਂ ਵੱਧ ਵੱਟ ਅਸੀਂ ਕਿਵੇਂ ਬਣਾਉਣੇ ਨੇ ਅਤੇ ਉਹਨਾਂ ਨੂੰ ਸੈੱਟ ਕਿਵੇਂ ਕਰਨਾ ਹੈ, ਇਸ ਚੀਜ਼ 'ਤੇ ਪੂਰੀ ਡਿਟੇਲਡ ਵੀਡੀਓ ਸਟੈਪ ਬਾਏ ਸਟੈਪ ਤੁਹਾਡੇ ਲਈ ਲੈ ਕੇ ਆਇਆ ਅੱਜ ਮੈਂ। ਉਸ ਤੋਂ ਪਹਿਲਾਂ ਅਸੀਂ ਜਿਵੇਂ ਤੁਹਾਨੂੰ ਦਸਤਾਰ ਦਾ ਬੇਸ ਦੇਣ ਜਾ ਰਹੇ ਹਾਂ, ਲੈਫਟ ਸਾਈਡ 'ਤੇ ਜੂੜਾ ਸਾਹਿਬ ਕਰਕੇ ਨਾਲ ਇੱਕ ਮੀਟਰ ਦਾ ਬੇਸ ਆ ਜਿਹੜਾ ਅਸੀਂ ਤੈਨ ਲਗਾ ਕੇ ਰੱਖਿਆ ਹੋਇਆ, ਇਹਦੀ ਵੀਡੀਓ ਵੀ ਮੈਂ ਪੋਸਟ ਕੀਤੀ ਹੋਈ ਆ, ਤੁਸੀਂ ਦੇਖ ਸਕਦੇ ਹੋ। ਨੋਰਮਲੀ ਤੁਸੀਂ ਸਰਚ ਕਰਨਾ ਹੈ ਬੇਸ ਦੀ ਤੈਨ ਲਗਾਉਣ ਦਾ ਤਰੀਕਾ ਬਾਏ ਨਵਦੀਪ ਸਿੰਘ ਜਾਂ ਬੇਸ ਬਾਏ ਨਵਦੀਪ ਸਿੰਘ ਲਿਖ ਕੇ ਤੁਸੀਂ ਸਰਚ ਕਰਕੇ ਇਸ ਵੀਡੀਓ ਨੂੰ ਦੇਖ ਸਕਦੇ ਹੋ। ਅਤੇ ਆਪਾਂ ਫਿਰ ਉੱਪਰੋਂ ਜੀ 80 ਸੈਂਟੀਮੀਟਰ ਦਾ ਪਟਕਾ ਬੰਨ ਲੈਣਾ, ਠੀਕ ਹੈ ਜੀ। ਆਪਣੀ ਜਿਹੜੀ ਦਸਤਾਰ ਹੈ 8 ਮੀਟਰ ਦੀ ਦਸਤਾਰ ਹੈ, ਰੂਬੀਆ ਵੈਲ ਕੈਮੀਕਲ ਕੱਪੜਾ ਆ, ਅਤੇ ਦਸਤਾਰ ਦਾ ਕਲਰ ਆ ਜਿਹੜਾ ਕੈਮਲ ਕਲਰ ਆ, ਠੀਕ ਹੈ ਜੀ। ਅਤੇ ਹੁਣ ਤੁਹਾਨੂੰ ਸਟੈਪ ਬਾਏ ਸਟੈਪ ਅਸੀਂ ਸਾਰੀ ਦਸਤਾਰ ਦਾ ਟਿਊਟੋਰੀਅਲ ਦੇਵਾਂਗੇ, ਇਸ ਲਈ ਦਸਤਾਰ ਨੂੰ ਕਿਤੋਂ ਵੀ ਸਕਿੱਪ ਨਾ ਕਰਿਓ। ਅਤੇ ਜਿਹੜੀ ਦਸਤਾਰ ਦੇ ਵਿੱਚ ਪਿੰਚ ਪ੍ਰੋਬਲਮ ਆਉਂਦੀ ਹੈ ਉਹ ਕਿਉਂ ਆਉਂਦੀ ਆ ਅਤੇ ਇਹਦਾ ਪ੍ਰੋਪਰ ਸੋਲਿਊਸ਼ਨ ਅਸੀਂ ਕਿਵੇਂ ਕਰ ਸਕਦੇ ਹਾਂ ਅਤੇ ਉਸ ਚੀਜ਼ ਦੀ ਪ੍ਰੈਕਟਿਸ ਕਰਨੀ ਆ ਅਸੀਂ, ਤਰੀਕਾ ਤੁਸੀਂ ਇਹੀ ਅਜਮਾ ਸਕਦੇ ਹੋ ਜਾਂ ਜੇ ਤੁਹਾਨੂੰ ਕੋਈ ਸੌਖਾ ਲੱਗੇ ਤਾਂ ਉਹ। ਦੇਖੋ ਗੱਲ ਇਹ ਹੈ ਕਿ ਗੱਲ ਸਾਰੀ ਪ੍ਰੈਕਟਿਸ 'ਤੇ ਆ ਕੇ ਆ ਜਾਂਦੀ ਹੈ ਬਾਰ ਬਾਰ, ਕਿ ਜਦ ਤੱਕ ਅਸੀਂ ਪ੍ਰੈਕਟਿਸ ਘੱਟ ਕਰਾਂਗੇ ਅਤੇ ਸਾਨੂੰ ਕੋਈ ਵੀ ਚੀਜ਼ ਕਰਨ 'ਚ ਔਖ ਹੋਏਗੀ, ਠੀਕ ਹੈ। ਜਦੋਂ ਅਸੀਂ ਕਿਸੇ ਚੀਜ਼ 'ਚ ਮਾਹਰਤ ਹਾਸਲ ਕਰ ਲੈਂਦੇ ਹਾਂ ਫਿਰ ਸਾਨੂੰ ਉਹ ਕਰਨੀ ਸੌਖੀ ਲੱਗਦੀ ਹੈ, ਇਹੀ ਚੀਜ਼ ਹੁੰਦੀ ਹੈ ਪ੍ਰੈਕਟਿਸ ਕੀਤੀ ਹੋਈ ਬੰਦੇ ਨਾਲ ਅਤੇ ਜਿਹੜਾ ਪ੍ਰੈਕਟਿਸ ਨਹੀਂ ਕਰਦਾ ਉਸ ਬੰਦੇ ਦੇ ਵਿੱਚ, ਇਹ ਫਰਕ ਹੁੰਦਾ, ਠੀਕ ਹੈ। ਬੇਸ ਜਿਵੇਂ ਤੁਸੀਂ ਦੇਖ ਸਕਦੇ ਹੋ ਅਸੀਂ ਸਾਰੀਆਂ ਦਸਤਾਰਾਂ ਦੀ ਵੀਡੀਓ ਦੇ ਵਿੱਚ ਸਜਾਉਂਦੇ ਹੁੰਦੇ ਹਾਂ, ਉਸੇ ਤਰੀਕੇ ਨਾਲ ਬੇਸ ਸਜਾਇਆ ਸੀ। ਅਤੇ ਹੁਣ ਅਸੀਂ ਇਸ ਦੇ ਉੱਪਰੋਂ ਆਪਾਂ 50 ਸਜਾਵਾਂਗੇ ਅਤੇ ਫਿਰ ਅਸੀਂ ਦਸਤਾਰ ਬਣ ਕੇ ਦਿਖਾਵਾਂਗੇ। ਨੋਰਮਲੀ ਤੁਸੀਂ ਮੇਰੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਦੇਖਿਆ ਹੋਣਾ ਕਿ ਮੈਂ ਵੀਡੀਓ ਦੇ ਉੱਪਰ ਲਿਖਿਆ ਹੁੰਦਾ ਹਮੇਸ਼ਾ ਕਿ ਕਿੰਨੇ ਮੀਟਰ ਦੀ ਦਸਤਾਰ ਹੈ ਅਤੇ ਕਿਹੜਾ ਕੱਪੜਾ ਹੈ, ਅਤੇ ਜ਼ਿਆਦਾਤਰ ਕਮੈਂਟ ਵੀ ਮੈਨੂੰ ਇਸੇ ਚੀਜ਼ ਦਾ ਆਉਂਦਾ ਹੁੰਦਾ ਕਿ ਦਸਤਾਰ ਕਿੰਨੇ ਮੀਟਰ ਦੀ ਹੈ ਅਤੇ ਕਿਹੜਾ ਕੱਪੜਾ। ਵੀਰੋ ਵੀਡੀਓ ਹੀ ਵੀਡੀਓ ਦੇ ਉੱਪਰ ਦੇਖ ਲਿਆ ਕਰੋ, ਹਮੇਸ਼ਾ ਲਿਖਿਆ ਹੁੰਦਾ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖਿਆ ਹੁੰਦਾ ਮੈਂ ਹਮੇਸ਼ਾ, ਠੀਕ ਹੈ ਜੀ। ਅਤੇ ਹੁਣ ਅਸੀਂ ਦਸਤਾਰ ਦਾ ਟਿਊਟੋਰੀਅਲ ਦਿੰਦੇ ਹਾਂ। ਦਸਤਾਰ ਦੀ ਜਿਹੜੀ ਪੂਣੀ ਹੈ ਨੋਰਮਲ ਪੂਣੀ ਹੈ, 1.5 ਗਿੱਠਿਆਂ 'ਚ ਚੌੜੀ, ਅਤੇ ਉਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ 'ਚ ਦੇ ਦਾਂਗਾ ਤੁਹਾਨੂੰ। ਅਤੇ ਹੁਣ ਅਸੀਂ ਪਹਿਲਾਂ ਪਿੱਚ ਰੱਖਾਂਗੇ, ਪਹਿਲਾਂ ਤਾਂ ਦੋਨੋਂ ਪੱਲਿਆਂ ਨੂੰ ਸਾਈਡਾਂ 'ਤੇ ਖੋਲ ਲੈਣਾ ਅਤੇ ਮੋਹਲੇ ਪੱਲੇ ਨੂੰ ਇੱਕ ਵਾਰੀ ਅੰਦਰ ਫੋਲਡ ਕਰਨਾ, ਇਕੱਲਾ ਇੱਕ ਵਾਰ। ਇਹਨਾਂ ਸਾਡਾ ਪਹਿਲਾ ਪੇਜ ਹੋ ਜਾਏਗਾ ਜਿਹੜਾ ਆਪਾਂ ਰੱਖਣਾ ਹੈ। ਅਤੇ ਇਹਦੇ ਉੱਪਰੋਂ ਅਸੀਂ ਕਿੰਨੇ ਵੱਟ ਬਣਾਉਣੇ ਨੇ, ਆਹ ਦੇਖੋ ਪਹਿਲਾ ਵੱਟ ਬਣਾ ਲਿਆ, ਆਹ ਦੂਜਾ ਵੱਟ ਬਣਾ ਲਿਆ ਅਤੇ ਤੀਜਾ, ਅਤੇ ਦੇਖੋ 3-4 ਵੱਟ ਜਿੰਨੇ ਹੋ ਸਕਣ ਉਨੇ ਬਣਾ ਲੈਣੇ ਨੇ। ਵੱਧ ਵੱਟ ਬਣਾਉਣ ਦੇ ਚੱਕਰ 'ਚ ਅਸੀਂ ਪਹਿਲਾ ਪੇਜ ਖਰਾਬ ਨਹੀਂ ਕਰਨਾ ਹੈਗਾ, ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ। ਬੇਸ਼ੱਕ ਦੀ ਪਹਿਲੇ ਪੇਜ ਦਾ ਕੋਈ ਵੱਟ ਨਾ ਬਣਾਓ, ਸਿੰਪਲ ਹੀ ਰੱਖ ਲਓ, ਠੀਕ ਹੈ। ਅਤੇ ਦੂਜੇ ਪੇਜ 'ਚ ਸਪੇਸ ਘੱਟ ਰੱਖ ਲਿਓ, ਜਿਵੇਂ ਮੈਂ ਤੁਹਾਨੂੰ ਇਹਦੇ ਵਿੱਚ ਕਰਕੇ ਦਿਖਾਵਾਂਗਾ। ਮੈਂ ਦੇਖੋ ਪਹਿਲੇ ਪੇਜ ਦੇ 4 ਵੱਟ ਬਣਾਏ ਨੇ ਅਤੇ ਉਹਨੂੰ ਸੱਜੀ ਅੱਖ ਦਾ ਪ੍ਰਵੱਟਾ ਜਿੱਥੇ ਸ਼ੁਰੂ ਹੁੰਦਾ ਉੱਥੇ ਉਹਦੀ ਨੋਕ ਬਣਾਉਣੀ ਹੈ, ਅਸੀਂ 20 ਬਣਾਉਣੀ ਹੈ ਅਤੇ ਚਾਰੋਂ ਪੱਲੇ ਬੜੇ ਹੀ ਨੇੜੇ ਨੇੜੇ ਕਰਕੇ ਘੱਟ ਸਪੇਸ 'ਤੇ ਹੀ ਰੱਖਣੇ ਨੇ। ਅਤੇ ਹਾਂ, ਲੈਫਟ ਸਾਈਡ ਦੇ ਵਿੱਚੋਂ ਪਿੱਛੋਂ ਲੈ ਕੇ ਆਉਂਦੇ ਹੋਏ ਉੱਪਰਲਾ ਪੱਲਾ ਉੱਪਰਲੇ ਪਾਸੇ ਹੀ ਰੱਖਣਾ। ਇਸ ਗੱਲ ਦਾ ਧਿਆਨ ਰੱਖਣਾ ਕਿ ਦਸਤਾਰ ਆਪਣੀ ਘੁੰਮੇ ਨਾ, ਦੋਨੋਂ ਪੱਲੇ ਬਰਾਬਰ ਅਤੇ ਮੋਟਾ ਹਿੱਸਾ ਉੱਪਰ ਕਰਦੇ ਹੋਏ ਇਸ ਤਰੀਕੇ ਨਾਲ ਪੇਚ ਨੂੰ ਲਗਾ ਦੇਣਾ ਹੈ। ਦੇਖੋ, ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਸਾਰੇ ਪੇਚਾਂ ਦੇ ਵਿੱਚ ਦਸਤਾਰ ਦੇ ਦੋਨੋਂ ਪੱਲੇ ਬਰਾਬਰ ਰੱਖੀਏ। ਅਤੇ ਹੁਣ ਅਸੀਂ ਕੀ ਕਰਨਾ, ਉੱਪਰਲੇ ਹਿੱਸੇ ਨੂੰ ਮੋਟਾ ਕਰਦੇ ਹੋਏ ਇਸ ਤਰੀਕੇ ਨਾਲ ਪੇਚ ਨੂੰ ਲੈ ਆਉਣਾ ਹੈ। ਅਤੇ ਜਿਹੜੀ ਪਿੰਚ ਆ, ਪਹਿਲੇ ਲੜ ਦੇ ਵਿੱਚ ਤੁਹਾਨੂੰ ਮੈਂ ਬੜਾ ਸਲੋਲੀ ਕਰਕੇ ਦਿਖਾਵਾਂਗਾ। ਦੇਖੋ, ਆਏ ਪਹਿਲਾ ਲੜਕ ਚੱਕਿਆ ਸੀ, ਆ ਦੂਜਾ, ਆ ਤੀਜਾ। ਦੇਖੋ, ਆਪਾਂ ਅੰਗੂਠੇ ਅਤੇ ਸੈਂਟਰ ਵਾਲੀ ਉਂਗਲੀ ਨਾਲ ਪੇਚ ਪਕੜਨੇ ਆ ਅਤੇ ਪਹਿਲੀ ਉਂਗਲੀ ਨਾਲ ਅਸੀਂ ਸਪੇਸ ਬਣਾਉਣੀ ਆ ਅਤੇ ਅੰਗੂਠੇ ਨਾਲ ਅਤੇ ਪਹਿਲੀ ਉਂਗਲੀ ਨਾਲ ਪੇਚ ਚੱਕਣਾ ਹੈ ਅਤੇ ਪਕੜ ਕੇ ਕਿਹੜੀ ਉਂਗਲ ਨਾਲ ਰੱਖਣਾ ਹੈ, ਅੰਗੂਠੇ ਨਾਲ ਅਤੇ ਸੈਂਟਰ ਵਾਲੀ ਉਂਗਲ ਨਾਲ, ਠੀਕ ਹੈ। ਅਤੇ ਪਿਛਲੇ ਹਿੱਸੇ ਦੇ ਪੇਚ ਦੇ ਵੀ ਜੇ ਹੋ ਸਕਣ ਤਾਂ 1-2 ਵੱਟ ਚੱਕ ਸਕਦੇ ਹੋ ਤੁਸੀਂ। ਦੇਖੋ, ਜਿੰਨੀ ਮਿਹਨਤ ਕਰ ਸਕਦੇ ਹੋ ਉਨੀ ਕਰਿਆ ਕਰੋ, ਕਿਉਂਕਿ ਗੱਲ ਇਹਨਾਂ ਕਿ ਤੁਹਾਡੀਆਂ ਪ੍ਰੋਬਲਮਾਂ ਤਾਂ ਹੀ ਦੂਰ ਹੋਣਗੀਆਂ ਅਤੇ ਵੱਟ ਵੀ ਤੁਹਾਡੀ ਦਸਤਾਰ ਦੇ ਵਿੱਚ ਵੱਧ ਤੋਂ ਵੱਧ ਤਾਂ ਹੀ ਪੈਣਗੇ, ਠੀਕ ਹੈ। ਅਤੇ ਇਸ ਤਰੀਕੇ ਨਾਲ ਵੱਟਾਂ ਨੂੰ ਕੱਢਿਆ ਕਰੋ। ਦੇਖੋ, ਨੁੱਕਰ ਤੱਕ ਨਾ ਕੱਢਦੇ ਜਾਇਆ ਕਰੋ ਵੱਟ ਨੂੰ, ਹਮੇਸ਼ਾ ਨੁੱਕਰ ਤੋਂ ਪਹਿਲੇ ਛੱਡ ਦਿਆ ਕਰੋ, ਉਸ ਤੋਂ ਅੱਗੇ ਅੱਗੇ ਵੱਟ ਕੱਢ ਲਿਆ ਕਰੋ ਸਾਰਾ, ਠੀਕ ਹੈ। ਆ ਦੇਖੋ, ਜਿੱਥੋਂ ਜੀ ਮੈਂ ਹੱਥ ਪਾ ਰਿਹਾ ਇੱਥੇ ਤੱਕ ਵੱਟ ਕੱਢਿਆ ਕਰੋ ਅਤੇ ਸੈਂਟਰ ਦੇ ਵਿੱਚ ਪਿੰਚ ਕਰਿਆ ਕਰੋ ਅਤੇ ਖਿੱਚ ਕੇ ਥੋੜ੍ਹਾ ਲੜ ਨੂੰ ਰੱਖਿਆ ਕਰੋ। ਖਿੱਚ ਕੇ ਰੱਖਣ ਦਾ ਫਾਇਦਾ ਇਹ ਹੁੰਦਾ ਕਿ ਸਾਡਾ ਜਿਹੜਾ ਬਣਾਇਆ ਲੜ ਹੈ ਉਹ ਕਦੀ ਵੀ ਖੁੱਲ੍ਹਦਾ ਨਹੀਂ ਹੈ, ਠੀਕ ਹੈ। ਅਤੇ ਕੋਸ਼ਿਸ਼ ਕਰਿਆ ਕਰੋ ਹਮੇਸ਼ਾ ਪਿੱਛੇ ਤੱਕ ਵੱਟ ਸੈੱਟ ਕਰਨ ਦੀ। ਇੰਨਾ ਇਹ ਹੁੰਦਾ ਕਿ ਜਦੋਂ ਤੁਹਾਡੀ ਦਸਤਾਰ ਲੈਫਟ ਸਾਈਡ ਤੋਂ ਦੇਖਣ ਨੂੰ ਵੀ ਠੀਕ ਲੱਗਦੀ ਹੁੰਦੀ ਹੈ, ਕਿਉਂਕਿ ਜ਼ਿਆਦਾਤਰ ਵੀਰ ਇੱਦਾਂ ਕਰਦੇ ਨੇ ਕਿ ਮੋਹਰ ਜੀ ਲੈ ਕੇ ਕੰਨ ਤੱਕ ਵੱਟ ਬਣਾ ਲੈਂਦੇ ਨੇ, ਉਹ ਤੋਂ ਪਿੱਛੇ ਉਹਨਾਂ ਦੀ ਸਾਫ਼ ਦਿਖਣੀ ਸ਼ੁਰੂ ਹੋ ਜਾਂਦੀ ਹੈ ਦਸਤਾਰ, ਠੀਕ ਹੈ। ਇਸ ਲਈ ਵੱਟ ਪਿੱਛੇ ਤੱਕ ਬਣਾਇਆ ਕਰੋ। ਅਤੇ ਇਸ ਪੱਲੇ ਦੇ ਵਿੱਚ ਅਸੀਂ ਦੋਨੋਂ ਪੱਲੇ ਬਰਾਬਰ ਕੀਤੇ ਆ, ਪਿੱਛੋਂ ਜੀ ਪੱਲੇ ਦੀ ਚੁੰਡੀ ਭਰ ਕੇ ਪਹਿਲੇ ਪੱਲੇ ਨਾਲੋਂ ਥੋੜ੍ਹਾ ਨੀਵਾਂ ਲਗਾਇਆ। ਦੇਖੋ, ਇਸ ਪੱਲੇ ਨੂੰ ਬਾਕੀ ਪੱਲਿਆਂ ਵਾਂਗ ਹੀ ਅਸੀਂ ਮੋਟਾ ਰੱਖਣਾ ਹੈ ਉੱਪਰਲੇ ਹਿੱਸੇ ਤੋਂ ਵੀ, ਠੀਕ ਹੈ ਜੀ। ਇਸ ਲੜ ਦੇ ਵਿੱਚ ਵੀ ਅਸੀਂ ਦੋਨੋਂ
ठीक है। इस तरह पिंच करते हुए अंगूठे तो सेंटर वाली उंगल पकड़ते जाना है, फिर अंदरले पल्ले खोलेंगे असी, तो उस पल्ले भी असी वट बनाने ने, ठीक है। इस तरीके ने जिन्हें बनते हुए वट बनाने ने, ज़्यादा वट बनाने कभी भी अपना लड़ जो पल्ला खराब नहीं करना असी, तो सारे पल्ले एको जगह रखने ने इस तरीके पिंच करके। देखो नीचे तो पिंच करनी है दस्तार, उपरों भी करनी है, तो जो अपनी दस्तार मूह नो भी जाए, कभी पिछे नु ही ना जाए, ठीक है। तो देखो इस तरीके वट बार कड़ने, देखो मूर तक नहीं कड़ने, देखो जो तुम मूहरों कढ़ने की कोशिश करते ना, तो जो तो उपरले लड़ होंगे उपर जाने शुरू होते हो, ठीक है, पिछे जाने शुरू होते हैं। तो जिमें मैं तुम्हें दसिया कि सारे वट कड़ो, तो वटा सैट करते हुए पिछे तक सैट करो, ठीक है। इन इदा होंगे कि सारे वट मूहरों लैके पिछे तक दिखते हैं, ऐदा नहीं होंगे कि दस्तार थोड़ी पिछों जी साफ साफ दिख रही है, ठीक है। थोड़ा जि बस मेहनत करने की लड़ है कि 5-7 मिनट वध जरूर लगते हैं इन्हें, पर एक बार जो तुम करने शुरू कर दे तो आदत भी पै जाएगी, तो थोड़ी प्रैक्टिस भी हो जाएगी। तो इस तरीके पिछे तक वट बना लेने ने तुसी, ठीक है, चंगी तरह वट बना लेने, तो पिछों जी फिर इस तरह पिंच करके लड़ नूं रख लेना है। तो हुण इस पल्ले दे विच भी असीं दोनों पल्ले बराबर करांगे, तो पिछों चुंडी पर के पहले पल्ले नालों थोड़ा नीवा लगावांगे, उपरले पल्ले नूं नाल दी नाल मोटा भी करांगे। देखो अंदरले पल्ले नूं उपरले पल्ले दे नाल बराबर करके ही रखांगे, कन्न दे उपरों खिच के पिछे नूं लगाना है, इहदा साडा कन्न है जिहड़ा दबिया भी जाऊगा, तो कन्न बाहर भी नहीं दिखेगा, ठीक है। तो जिहड़े मोटे जां ढिल्ले मिठे लड़ आ उहनां नूं नाल दी नाल सैट करांगे उपरले हिस्से तों। देखो उपरों भी दस्तार पिंच करनी जरूरी होंदी है, इहदे नाल दस्तार की अपनी शेप सोहनी बनती है। तो आप सारे पल्लियां नूं इस तरीके नाल पिंच करके वट बना लैणे ने, पहले उपरले पल्ले दे, फिर निचले पल्ले नूं उसे तरीके नाल खोल के निचले पल्ले दे भी वट बना लैणे ने असीं। देखो जिन्ने हो सकन उन्ने वट बना लिओ, इहदे विच कोई लिमिटेशन नहीं हैगी कि तुसीं इन्ने की वट बनाने, जिन्ने पल्ले खोलदे ने खोलदे रहे, बनाई जाओ जिन्ने बनते बना के रख लो। बस तुहानूं वट जे अंदर जा रहे तो उन्होंने बाहर कढ़ना आना चाहिए, ठीक है। नाल दी नाल दस्तार नूं तुसीं मोहरों जी दबा भी सकते हो, इन्हें इदा हुंदा कि अपनी दस्तार ज़्यादा बाहर नूं भी नहीं आती, ठीक है। तो इस तरीके नाल तुसीं वटां नूं सैट करते जाओ, कोई भी वट एक दूजे ने अंदर ना जाए, इन नाल इदा हुंदा कि अपने वटारी जिहड़ी क्वांटिटी आ उह घट जाती है, ठीक है। तो अगर ज़्यादा लड़ नूं चौड़ा नहीं लगा सकते, जे असीं दस्तार नूं थोड़ी जिही शेप देनी है ना, तो शेप देने लई लड़ां दे विच स्पेस होनी जरूरी है। तो जो असीं वट ज़्यादा बनावांगे तो असीं ऑटोमैटिकली लड़ां 'च स्पेस ज़्यादा दे सकते हैं, ठीक है मेरे वीरों। तुसीं भी इसे तरीके नाल करना है, कोई भी बंदा पहली बार बन्ने ते नहीं सीख जांदा जब तक बंदा प्रैक्टिस ना करे। मैं तुहानूं बस वीडियो दे सकदा हां ते सलाह दे सकदा, बाकी तुहाडे ते आ कि तुसीं किन्नी प्रैक्टिस करदे हो उस चीज़ की। जिन्नी ज़्यादा प्रैक्टिस करोगे उन्नी छेती तुसीं उस चीज़ के महारत हासिल कर सकते हो। इस लड़ दे विच असीं उपरों जी बेस नूं भी अंदर करना है, ठीक है। ये चौथा लड़ है ना, लैफ्ट साइड तो तीजे ते तो चौथा, तीजा या चौथे लड़ के दोनों चो जिहड़ा लड़ बेस के उपर आ रहा उस वेले उपरों जी बेस नूं अंदर करना है, क्योंकि मेरे ज़्यादातर वीरां दा बेस है जिहड़ा उपर नूं रहि जांदा है। उपर रहण दा कारण यही हुंदा है कि असीं बेस बन्न भी लैंदे हां पर बेस नूं असीं सैट नहीं करदे नाल नाल, ते उह दस्तार दे विच नहीं आउंदा, सलमा कि उपर चल जांदा है, फिर उह चंगा भी नहीं लगदा उपरों। फिर उहनां नूं जिहड़ी उपरला हिस्सा जिहड़ा उपरों कंप्लीट करदे आ उपरों कपड़े नाल ढकदे आ दस्तार नूं, तां उदों उहनां नाल ढकिया नहीं जांदा, ठीक है जी। उपरों नंगा रहि जांदा बेस, यही कारण हुंदा क्योंकि आपां बेस दस्तार दे अंदर करदे ही नहीं हैगे। तो नाल दी नाल असीं इस जगह तो मोहले हिस्से तो जे तुहानू वट उपर नीचे लगते हो तो इन्हों सैट कर सकते हैं। बाकी सारिया चीज़ा तुहानू असीं पूरी डिटेल दे विच दे रहे हैं इसलिए मेरे वीरों, तां जो तुहानू कुछ सीखण नूं मिल सके। तो जे तुहानू वीडियो वधिया लगती है तो तुसीं चलदी हुई वीडियो नूं लाइक कर दिओ, शेयर कर दिओ, ते बाकी जिहड़े मेरे वीर नवें ने उह चैनल नूं सबसक्राइब जरूर कर दिओ, क्योंकि असीं उहनां लई वीडियो लैके आउंदे हां जिहड़े वीरां नूं दस्तार सजाउणी नहीं आउंदी, ठीक है। तो हुण आपां पिछले हिस्से तो नैक्सट लड़ में इस तरीके लगावेंगे, चुंडी भर के दोनों पल्ले बराबर करेंगे इस लड़ के विच भी, ठीक है। इस तरीके मोटा भी कर लेना है, तो दस्तार की शेप है जी हमेशा राइट साइड में भी मोटा करया करो, दस्तार राइट साइड तो जी होंगी ना अपनी, इन दस्तार की शेप दोनों साइडों तो गुलाई के आती होंगी है। उपले हिस्से तो लड़ मोटा कर लियो, तो हम इस लड़ के भी असं दोनों पल्लिया वट बनावेंगे। दोनों पल्ले पहला तो बराबर थले खोल लेंगे उपरों जी पिंच करके, फिर आप नीचे जी वट बनाने शुरू कर देंगे। इस तरीके जिन्ने हो सकन उन्ने वट बना लेने आपां, आ तीजा आ चौथा आ पंजवा आ छेवां आ सतवां अठवां, देखो जिन्ने क बनते हैं फिर लड़ नूं खिच के दूजे पल्ले दे वट बनावेंगे। आ नौवां आ दसवां आ ग्यारहवां बारहवां तेरहवां ते आ चौदह, ते सारे लड़ां नूं असीं एक जगह ते रखना है, ते उपरों भी पिंच करना है, ठीक है। जिवें तुहानूं वीडियो दे विच दिखाया जा रहा है, ते थोड़ा दस्तार नूं दबा भी लैना, इन्ना इदां हुंदा कि अपनी दस्तार ज़्यादा मूंह नूं नहीं आती। तो हुण आपां एक एक करके सारे वटां नूं बाहर भी कढ़ना है। देखो मैं मूहरले नुक्कड़ तों नहीं वट बाहर कढ़ने, क्योंकि उत्थों सानूं लोड़ नहीं हैगी, जे तुसीं उत्थों कढ़न की कोशिश की तो अपना लड़ खुल जाना है।
ਮੇਰੇ ਜ਼ਿਆਦਾਤਰ ਵੀਰ ਇਹੀ ਪ੍ਰੋਬਲਮ ਅਤੇ ਇਹੀ ਗਲਤੀ ਕਰਦੇ ਨੇ ਜਿਨ੍ਹਾਂ ਕਾਰਨ ਉਹਨਾਂ ਦੇ ਲੜ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨੇ ਮੂਹਰੋਂ, ਕਿ ਉਹ ਮੂਹਰੋਂ ਵੀ ਲੜ ਕੱਢਣ ਦੇ ਬਾਰੇ ਸੋਚਦੇ ਰਹਿੰਦੇ ਆ। ਐਕਚੁਅਲੀ ਇੱਦਾਂ ਗੱਲ ਇੱਦਾਂ ਹੈ ਕਿ ਕੱਢੋ, ਥੋੜ੍ਹਾ ਅੱਗੇ ਤੱਕ ਜਾ ਕੇ ਕੱਢੋ, ਜਿੱਥੇ ਖੱਬੀ ਅੱਖ ਦਾ ਭਰਵੱਟਾ ਸ਼ੁਰੂ ਹੁੰਦਾ ਨਾ ਉੱਥੇ ਤੱਕ ਕੱਢੋ, ਉਹ ਤੋਂ ਅੱਗੇ ਜਾਣ ਦੀ ਲੋੜ ਨਹੀਂ ਹੈਗੀ, ਉਹਨਾਂ ਫਿਰ ਤੁਸੀਂ ਲੜ ਖੋਲ੍ਹ ਲੈਣਾ ਆਪਣਾ, ਠੀਕ ਹੈ। ਅਤੇ ਇਹ ਤੁਹਾਡੀ ਦਸਤਾਰ ਦੇ ਵਿੱਚ ਕਮੀਆਂ ਲੈ ਕੇ ਆਉਂਦੀ ਹੁੰਦੀ ਹੈ ਇਹ ਚੀਜ਼। ਅਤੇ ਹੁਣ ਮੇਰੇ ਵੀਰੋ, ਜਿਵੇਂ ਦੇਖ ਤੁਸੀਂ ਦੇਖਿਆ ਕਿ ਆਪਾਂ ਲੜ ਕਿੰਨਾ ਚੌੜਾ ਲਗਾਇਆ ਇਹ, ਅਤੇ ਵੱਟ ਜਿੰਨੇ ਸੀਗੇ ਆਪਾਂ ਲਗਭਗ ਉਨੇ ਹੀ ਖੋਲ੍ਹ ਕੇ ਦਿਖਾਏ ਆ, ਅਤੇ ਬੇਸ ਨੂੰ ਵੀ ਅਸੀਂ ਅੰਦਰ ਕੀਤਾ ਹੈ, ਅਤੇ ਆਖਰੀ ਵੱਟ ਤੱਕ ਅਸੀਂ ਪਿੱਛੇ ਤੱਕ ਦਿਖਾਇਆ, ਕੋਈ ਵੱਟ ਅਸੀਂ ਖੁੱਲ੍ਹਣ ਨਹੀਂ ਦਿੱਤਾ ਉੱਤੇ, ਠੀਕ ਹੈ। ਅਤੇ ਥੋੜ੍ਹਾ ਦਬਾਉਂਦੇ ਹੋਏ ਦਸਤਾਰ ਨੂੰ ਲਗਾਉਣਾ, ਕਿਉਂਕਿ ਆਪਾਂ ਦਸਤਾਰ ਦੀ ਸ਼ੇਪ ਵੀ ਮੇਨਟੇਨ ਕਰਨੀ ਹੈ ਨਾ। ਅਤੇ ਹੁਣ ਪੱਲੇ ਨੂੰ ਪਿੱਛੇ ਤੱਕ ਸੈੱਟ ਕਰਦੇ ਹੋਏ ਅਸੀਂ ਪਿੱਛੋਂ ਜੀ ਇਸ ਤਰੀਕੇ ਨਾਲ ਪਿੰਚ ਕਰ ਲੈਣਾ। ਅਤੇ ਹੁਣ ਜਿਹੜਾ ਅਸੀਂ ਹੁਣ ਪੇਚ ਲਗਾਉਣਾ ਹੈ, ਇਸ ਤੋਂ ਪਹਿਲਾਂ ਅਸੀਂ ਜਿਹੜਾ ਰਾਈਟ ਸਾਈਡ ਤੋਂ ਪੱਲਾ ਨੀਚੇ ਖਿੱਚਣਾ ਹੈ। ਦੇਖੋ, ਅੰਗੂਠੇ ਨਹੀਂ ਮਲਣਾ, ਪਹਿਲਾਂ ਲੜ ਪਕੜ ਲੈਣਾ, ਇੱਦਾਂ ਕਰਨ ਨਾਲ ਸਾਡਾ ਲੜ ਕੋਈ ਨੀਚੇ ਨਹੀਂ ਗਿਰਦਾ। ਦਸਤਾਰ ਨੂੰ ਹਮੇਸ਼ਾ ਲੜ ਖਿੱਚਣ ਵੇਲੇ ਭਾਵੇਂ ਰਾਈਟ ਸਾਈਡ ਤੋਂ ਖਿੱਚੋ ਭਾਵੇਂ ਲੈਫਟ ਸਾਈਡ ਤੋਂ ਖਿੱਚੋ, ਦੂਜੇ ਹੱਥ ਦੇ ਅੰਗੂਠੇ ਨਾਲ ਲੜ ਪਕੜ ਜ਼ਰੂਰ ਲਿਆ ਕਰੋ ਉੱਪਰੋਂ, ਇੰਨਾ ਆਪਣੇ ਲੜ ਨੀਚੇ ਨਹੀਂ ਆਉਂਦੇ ਹੈਗੇ, ਜਿੱਥੇ ਅਸੀਂ ਲਗਾਏ ਉੱਥੇ ਹੀ ਰਹਿਣਗੇ। ਇੰਨਾ ਆਪਾਂ ਅੱਖ ਵਾਲਾ ਜਿਹੜਾ ਪੱਲਾ ਹੈ ਉਹ ਵੀ ਨੀਵਾਂ ਕਰ ਸਕਦੇ ਹਾਂ, ਦੇਖੋ, ਠੀਕ ਹੈ। ਦਸਤਾਰ ਦੀ ਜਿਹੜੀ ਸ਼ੇਪ ਆ ਉਹ ਨਾਲ ਨਾਲ ਸੈੱਟ ਕਰਿਆ ਕਰੋ, ਬਾਅਦ ਦੇ ਵਿੱਚ ਨਾ ਛੱਡਿਆ ਕਰੋ, ਇਹੀ ਕਮੀਆਂ ਤੁਹਾਨੂੰ ਅੱਗੇ ਜਾ ਕੇ ਪ੍ਰੋਬਲਮ ਕ੍ਰੀਏਟ ਕਰਦੀਆਂ ਤੁਹਾਡੇ ਦੇ ਵਿੱਚ। ਜਿੱਥੇ ਵੀ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਉਹਨੂੰ ਨਾਲ ਦੀ ਨਾਲ ਸੈੱਟ ਜ਼ਰੂਰ ਕਰਿਆ ਕਰੋ। ਦੇਖੋ, ਇਸ ਤਰੀਕੇ ਨਾਲ ਪੱਲੇ ਨੂੰ ਨੀਚੇ ਖਿੱਚ ਲਿਆ ਕਰੋ ਕਿ ਉੱਪਰੋਂ ਜੀ ਬਾਹਰ ਨਾ ਆਵੇ ਮੁੱਲ ਹਿੱਸੇ ਤੋਂ। ਅਤੇ ਹੁਣ ਅਸੀਂ ਇਸ ਪੱਲੇ ਨੂੰ ਲਗਾਵਾਂਗੇ, ਇਸ ਪੱਲੇ ਦੇ ਅਸੀਂ ਵਿੱਚ ਅਸੀਂ ਇਕੱਲਾ ਬਾਹਰਲਾ ਪੱਲਾ ਹੀ ਨੀਚੇ ਨੂੰ ਖੋਲ੍ਹਣਾ ਹੈ, ਅਤੇ ਅੰਦਰਲੇ ਪੱਲੇ ਨੂੰ ਉੱਪਰ ਨੀਚੇ ਐਡਜਸਟ ਕਰਨਾ ਹੈ। ਚੰਗੀ ਤਰ੍ਹਾਂ ਦਸਤਾਰ ਦੀ ਪਹਿਲਾਂ ਤੈਅ ਲਗਾ ਲੈਣੀ ਹੈ, ਪਿਛਲੇ ਹਿੱਸੇ ਤੋਂ ਪੱਲੇ ਨੂੰ ਪਕੜ ਕੇ, ਦੇਖੋ ਕੰਨ ਤੋਂ ਉੱਪਰ ਲੈ ਕੇ ਕਹਿੰਦਾ ਮੈਂ ਮੋਟਾ ਹਿੱਸਾ, ਕਿ ਆਪਣੀ ਦਸਤਾਰ ਦੀ ਸ਼ੇਪ ਆਪਾਂ ਗੋਲ ਕਰਨੀ ਹੈ, ਅਤੇ ਇਹਦੇ ਲਈ ਕੱਪੜਾ ਸਾਨੂੰ ਉੱਪਰ ਚਾਹੀਦਾ, ਨੀਚੇ ਨਹੀਂ ਚਾਹੀਦਾ, ਕਿਉਂਕਿ ਕੰਨ ਦੇ ਉੱਪਰ ਤਾਂ ਪੂਰਾ ਕੱਪੜਾ ਹੈ ਅਤੇ ਕੰਨ ਤੋਂ ਨੀਚੇ ਵੀ ਸਾਡੇ ਕੋਲ ਪੂਰਾ ਕੱਪੜਾ ਹੈ। ਅਤੇ ਨਿਚਲੇ ਹਿੱਸੇ ਤੋਂ ਅਸੀਂ ਇਹ ਲੜ ਫੋਲਡ ਕੀਤਾ, ਦੇਖੋ ਨੋਰਮਲੀ ਆਪਾਂ ਸਿੰਗਲ ਲੜ ਲਾਉਂਦੇ ਹੁੰਦੇ ਨਾ ਨੀਚੇ, ਆਹ ਮੈਂ ਦੂਜੀ ਵਾਰ ਇਸ ਲਈ ਫੋਲਡ ਕਰਤਾ ਕਿਉਂਕਿ ਇਹ ਲੜ ਦੇ ਉੱਤੇ ਕਲਗੀ ਵਾਲਾ ਲੜ ਬੜੇ ਆਰਾਮ ਨਾਲ ਟਿਕ ਜਾਂਦਾ, ਠੀਕ ਹੈ। ਜੋ ਲੜ ਥੋੜ੍ਹਾ ਹੈਵੀ ਹੋਵੇ ਨਾ ਉਹਦੇ ਤੋਂ ਉੱਪਰ ਕਲਗੀ ਵਾਲਾ ਪੇਚ ਬੜੇ ਆਰਾਮ ਨਾਲ ਟਿਕ ਜਾਂਦਾ ਅਤੇ ਉਹ ਖਿਸਕਦਾ ਵੀ ਨਹੀਂ ਹੁੰਦਾ ਕਦੀ। ਅਤੇ ਹੁਣ ਅਸੀਂ ਇਸ ਪੱਲੇ ਦੇ ਵਿੱਚ ਵੀ ਜਿੰਨੇ ਹੋ ਸਕਣ 2, 3 ਜਾਂ 4 ਵੱਟ ਬਣਾ ਲੈਣੇ ਨੇ, ਦੇਖੋ ਆਹ 2 ਹੋ ਗਏ, ਆਹ 3 ਹੋ ਗਏ, ਆਹ 4 ਹੋ ਗਏ। ਅਤੇ ਨੀਚੇ ਪਕੜ ਕੇ ਅੰਗੂਠੇ ਰੱਖ ਕੇ ਉੱਪਰੋਂ ਜੀ ਵੀ ਪਿੰਚ ਕਰ ਲੈਣਾ ਤਾਂ ਜੋ ਲੜ ਪਿੱਛੇ ਨੂੰ ਨਾ ਜਾਵੇ, ਠੀਕ ਹੈ। ਇੰਨਾ ਤੁਹਾਡੀ ਦਸਤਾਰ ਦੀ ਸ਼ੇਪ ਇੰਪਰੂਵਮੈਂਟ ਹੁੰਦੀ ਹੈ। ਅਤੇ ਇਹਨਾਂ ਵੱਟਾਂ ਨੂੰ ਪਿੱਛੇ ਤੱਕ ਸੈੱਟ ਕਰਦੇ ਹੋ ਅਸੀਂ ਇਸ ਪੇਚ ਨੂੰ ਵੀ ਲਗਾ ਲੈਣਾ। ਪਹਿਲਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਕਰਨੀਆਂ ਔਖੀਆਂ ਜ਼ਰੂਰ ਲੱਗਣਗੀਆਂ, ਪਰ ਜਦੋਂ ਤੁਹਾਨੂੰ ਆਉਣੀਆਂ ਸ਼ੁਰੂ ਹੋ ਗਈਆਂ ਨਾ ਤਾਂ ਇਹੀ ਚੀਜ਼ਾਂ ਤੁਹਾਨੂੰ ਬੜੀਆਂ ਸੌਖੀਆਂ ਲੱਗਣੀਆਂ। ਫਿਰ ਤੁਸੀਂ ਦੂਜਿਆਂ ਨੂੰ ਕਿਹਾ ਕਰਨਾ ਕਿ ਇਹ ਚੀਜ਼ ਤਾਂ ਮੈਂ ਬੜੇ ਆਰਾਮ ਨਾਲ ਕਰ ਲੈਂਦਾ। ਗੱਲ ਫਿਰ ਘੁੰਮ ਕੇ ਉੱਥੇ ਆ ਗਈ ਕਿ ਪ੍ਰੈਕਟਿਸ, ਜੇ ਤੁਹਾਡੀ ਪ੍ਰੈਕਟਿਸ ਨਹੀਂ ਹੈਗੀ ਤਾਂ ਤੁਹਾਡੇ ਲਈ ਹਰ ਇੱਕ ਚੀਜ਼ ਔਖੀ ਹੈ, ਭਾਵੇਂ ਉਹ ਸਿੰਪਲ 6 ਪੇਚਾਂ ਵਾਲੀ ਦਸਤਾਰ ਹੀ ਕਿਉਂ ਨਾ ਹੋਵੇ। ਦੇਖੋ ਮੈਂ ਵੀ ਪਹਿਲੇ ਦਿਨ ਹੀ ਦਸਤਾਰ ਨਹੀਂ ਸੀ ਬੰਨਣੀ ਸ਼ੁਰੂ ਕਰਤੀ, ਮੈਂ ਵੀ ਗਲਤੀਆਂ ਕੀਤੀਆਂ, ਪਰ ਮੈਂ ਆਪਣੀਆਂ ਗਲਤੀਆਂ ਤੋਂ ਖੁਦ ਸਿੱਖਦਾ ਰਿਹਾ, ਠੀਕ ਹੈ। ਅਤੇ ਚਲੋ ਅਸੀਂ ਤਾਂ ਤੁਹਾਡੇ ਲਈ ਹੈ ਹੀ ਹਾਂ, ਅਸੀਂ ਤੁਹਾਨੂੰ ਤੁਹਾਡੀਆਂ ਗਲਤੀਆਂ ਦੱਸ ਵੀ ਦਿੰਦੇ ਹਾਂ ਅਤੇ ਤੁਹਾਡੀਆਂ ਗਲਤੀਆਂ ਕਿਵੇਂ ਸੈੱਟ ਕਰਨੀਆਂ ਉਹ ਵੀ ਵੀਡੀਓ ਦੇ ਵਿੱਚ ਦੱਸ ਦਿੰਦੇ ਹਾਂ, ਠੀਕ ਹੈ। ਜਿਹੜੀਆਂ ਚੀਜ਼ਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਸੈੱਟ ਕਰ ਸਕਦੇ ਹੋ ਨਾ ਉਹ ਤੁਸੀਂ ਸਾਨੂੰ ਫੋਨ ਕਰਕੇ ਪੁੱਛ ਕੇ ਨਹੀਂ ਸੈੱਟ ਸਮਝ ਆਉਣੀ ਤੁਹਾਨੂੰ, ਜਿੰਨੀ ਵਧੀਆ ਮੈਂ ਇੱਥੇ ਬੋਲ ਕੇ ਅਤੇ ਤੁਹਾਨੂੰ ਕਰਕੇ ਦਿਖਾਉਂਦਾ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਵਧੀਆ ਸਮਝ ਆਉਣੀ ਹੈ, ਸਮਝੇ ਮੇਰੀ ਗੱਲ। ਕਿਉਂਕਿ ਤੁਸੀਂ ਮੇਰੇ ਕੋਲ ਉਹੀ ਸਵਾਲ ਪੁੱਛਦੇ ਨੇ ਜਿਨ੍ਹਾਂ ਦਾ ਜਵਾਬ ਮੈਂ ਵੀਡੀਓ 'ਚ ਦੇ ਚੁੱਕਾ ਹੁੰਦਾ। ਇਹ ਚੀਜ਼ਾਂ ਬੜੀਆਂ ਵਾਰ ਹੁੰਦੀਆਂ ਕਿ ਤੁਸੀਂ ਸਾਨੂੰ ਫੋਨ ਕਰਦੇ ਹੋ ਅਤੇ ਮੈਨੂੰ ਕਈ ਵਾਰ ਪ੍ਰੋਬਲਮ ਹੀ ਨਹੀਂ ਸਮਝ ਆਉਂਦੀ ਤੁਹਾਡਾ ਪਹਿਲਾ ਲੜ ਖਿਸਕਦਾ ਹੁੰਦਾ ਜਾਂ ਆਖਰੀ ਕਲਗੀ ਵਾਲਾ ਪੇਜ ਨਹੀਂ ਖਿਸਕਦਾ ਹੁੰਦਾ, ਕਿਉਂਕਿ ਗਲਤੀਆਂ ਤੁਸੀਂ ਇੱਦਾਂ ਦੀਆਂ ਕਰਦੇ ਹੋ ਜਿਹੜੀਆਂ ਤੁਸੀਂ ਨਹੀਂ ਸਾਨੂੰ ਦੱਸ ਪਾਉਂਦੇ, ਇਹਦੇ ਕਾਰਨ ਅਸੀਂ ਤੁਹਾਨੂੰ ਕੋਈ ਜਵਾਬ ਨਹੀਂ ਦੇ ਸਕਦੇ, ਠੀਕ ਹੈ। ਅਤੇ ਹੁਣ ਅਸੀਂ ਉੱਪਰਲੇ ਹਿੱਸੇ ਤੋਂ ਦਸਤਾਰ ਦੀ ਸ਼ੇਪ ਨੂੰ ਸੈੱਟ ਕਰਾਂਗੇ ਅਤੇ ਪੇਚਾਂ ਦੇ ਵਿਚਲੇ ਜਿਹੜੇ ਵੱਟ ਆ ਉਹਨਾਂ ਨੂੰ ਵੀ ਸੈੱਟ ਕਰਾਂਗੇ, ਇਹਨਾਂ ਦੀ ਸਪੇਸ ਵੀ ਬਣਾਵਾਂਗੇ ਅਤੇ ਹੱਥ ਦੀ ਮਦਦ ਨਾਲ ਇਹਨਾਂ ਲੜਾਂ ਦੀ ਜਿਹੜੀ ਸਪੇਸ ਆ ਉਹਨਾਂ ਵੀ ਨੂੰ ਵੀ ਮੇਨਟੇਨ ਕਰਾਂਗੇ। ਦੇਖੋ ਜੇ ਕਿਸੇ ਪੇਜ ਦੇ ਵਿੱਚ ਸਪੇਸ ਘੱਟ ਵੱਧਦਾ ਤਾਂ ਉਹਨੂੰ ਹੱਥ ਦੇ ਨਾਲ ਸੈੱਟ ਕਰ ਲਓ ਜਾਂ ਮੋਟਾ ਵੀ ਹੱਥ ਦੇ ਨਾਲ ਕਰ ਸਕਦੇ ਹੋ। ਸਿਲਾਈ ਦਾ ਯੂਜ਼ ਅਸੀਂ ਸਿਰਫ ਸਫਾਈ ਲਈ ਕਰਦੇ ਹੁੰਦੇ ਹਾਂ, ਠੀਕ ਹੈ, ਮੋਟਾ ਅਸੀਂ ਹੱਥਾਂ ਨਾਲ ਕਰਾਂਗੇ। ਅਤੇ ਉੱਪਰੋਂ ਵੀ ਲੈਫਟ ਸਾਈਡ ਤੋਂ ਵੀ ਅਸੀਂ ਵੱਟਾਂ ਨੂੰ ਜੇ ਕੋਈ ਢਿੱਲਾ ਮੱਠਾ ਵੱਟ ਆ ਤਾਂ ਉਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਪਿਛਲੇ ਹਿੱਸੇ ਤੱਕ ਅਤੇ ਉਹਨੂੰ ਚੰਗੀ ਤਰ੍ਹਾਂ ਲਗਾ ਦੇਵਾਂਗੇ। ਅਤੇ ਹੁਣ ਮੇਰੇ ਵੀਰੋ ਅਸੀਂ ਕਲਗੀ ਵਾਲਾ ਪੇਚ ਲਗਾ ਕੇ ਦਿਖਾਵਾਂਗੇ। ਉਸ ਤੋਂ ਪਹਿਲਾਂ ਅਸੀਂ ਲਗਭਗ ਆਈਬ੍ਰੋ ਦੋਨੇ ਪਹਿਲੇ ਲੜਨਾ ਹੀ ਬਰਾਬਰ ਕਰ ਲੈਣੀ ਹੈ ਅਤੇ ਹੁਣ ਥੋੜ੍ਹਾ ਲੜਨ ਨੂੰ ਅਸੀਂ ਗਿੱਲਾ ਕਰਾਂਗੇ। ਗਿੱਲਾ ਕਰਨ ਨਾਲ ਲੜ ਆਪਣਾ ਬੜਾ ਹੀ ਆਰਾਮ ਨਾਲ ਦੋਨਾਂ ਪਾਸਿਓਂ ਫੋਲਡ ਵੀ ਹੋ ਜਾਂਦਾ ਹੈ ਅਤੇ ਇਹਦੀ ਕਲਗੀ ਲਗਾਉਣੀ ਵੀ ਬੜੀ ਸੌਖੀ ਹੋ ਜਾਂਦੀ ਹੈ, ਠੀਕ ਹੈ। ਅਤੇ ਦਸਤਾਰ 'ਤੇ ਲਗਾਉਣ ਨਾਲ ਦਸਤਾਰ ਆਪਣੀ ਜਗ੍ਹਾ ਤੋਂ ਹਿਲਦੀ ਵੀ ਨਹੀਂ, ਚੰਗੀ ਤਰ੍ਹਾਂ ਲੜ ਨੂੰ ਖੋਲ੍ਹ ਲੈਣਾ, ਦੋਨੋਂ ਪੱਲੇ ਉੱਪਰ ਵਾਲਾ ਪੱਲਾ ਨੀਚੇ ਨੂੰ ਅਤੇ ਨੀਚੇ ਵਾਲਾ ਪੱਲਾ ਉੱਪਰ ਨੂੰ ਕਰਕੇ ਲੜ ਲਗਾ ਲੈਣਾ।
ठीक है, तो चंगी तरह सिलाई फेर के पैलर कर देना। तो वटाली दस्तार च तुसी लास्ट पेज सीधा भी लगा सकते हो इस तरीके ना, ठीक है। तो इनू आप हम तो कलगी वाले पेज के रूप से भी लगा के दिखावे, बड़ा हौली हौली लगा के दिखावे तो चंगी तरह समझ आ जाए। पहले तो असी कलगी बना के रख लेना है, तो फिर इनू एक्स बना के घुमा लेना है, ठीक है, घुमा के रख लिया। फिर असी की करना, सेंटर के एक पिन लगानी है, देखो पिन लैनी है, पिन आप थोड़ी जी नीचे नू, देखो सेंटर के लगानी है पहला, फिर मोरो जी थोड़ी जी नीचे नू टेढ़ी लगानी है पिन, देखो जिवें तुहानू वीडियो के दिखाया जा रहा, लगा के अंदर नू लगा लेना चंगी तरह, ज़्यादा बाहर नहीं रखनी पिन। फिर कलगी नू चंगी तरह घुमा के एक्स बना के कलगी नू खोल लेना है। जब तुसी पिछे जाके दोबारा वीडियो भी देख सकते हो जे तुहानू चंगी तरह नहीं समझ आया, ठीक है। जिनी लोड़ा तुसी उन्नी कलगी नू खोल लेना, खोल के तुसी उपरले हिस्से ते भी दो पिना लगा लेनिया ने। पिना लगाने का फायदा ही हुंदा है मेरे वीरों, पिना तुसी यही यूज़ करया करो, ये पिना ज़्यादा दिखदियां नहीं हैगियां। अजकल मैं देखिया वह चौड़िया चौड़िया जी पिना चल दी उपरों दिखदियां ना, मैनू देखने से सही नहीं लगदियां वो, आ पिना होंदियां जिहड़ियां पता नहीं लगदियां लाइया नहीं लाइया एक बराबर होंदियां, पर काम उन्हां वर्गा ही करदियां ने। तो इस हिस्से तो भी असी दस्तार नू चंगी तरह साफ कर लेना, अपनी कलगी भी लग चुकी हुई है, तो दोनों आईब्रो भी असी दोनों बराबर ढक लेने ने। तो हुण आपां उपले हिस्से तो दस्तार नू कंप्लीट करके दिखावांगे। देखो जिहड़ा हिस्सा जिस साइड ते आ उहनू उस साइड ते खोल लेना, चंगी तरह विछा लेना, फिर लुपी वाले पल्ले नू खिंच लेना, लैफ्ट साइड तो बेस के उपरों जी कपड़ा चंगी तरह अंदर करना। देखो लैफ्ट साइड तो कपड़ा हमेशा ध्यान अंदर करया करो, नहीं तो कई मेरे वीरां दी उपरों जी नंगा ही दे रहिंदा सिर, लैफ्ट साइड तो जो देखते हैं ना छाती मारदा हुंदा, इसलिए कपड़ा अंदर तक करया करो, ठीक है। राइट साइड ते नहीं इन्नी औख हुंदी सानू, पर लैफ्ट साइड दे विच इह प्रॉब्लम आंदी आंदी है। तो दोबारा असी शीशे ना इसलिए देखांगे कि साडी दस्तार दे विच कोई कमी पेशी तां नहीं रह गई उपर, तां असी हुणे सैट करांगे, ठीक है मेरे वीरो। तो हुण आपां तुहानू दस्तार कंप्लीट करके दिखावांगे। पहला असी कलगी वाला पेज चंगी तरह पिछे खोल के साफ करके जिहड़े भी वाल मिलेवे आ उह पिछे तक लै लेने ने, ते लुपी वाले पल्ले नू दोनों साइड तो पकड़ के खिंच लेना, राइट साइड तो अंदर कर लेना, फिर लैफ्ट साइड तो अंदर कर लेना। लुपी वाला पल्ला असी ज़्यादा चौड़ा नहीं लगाना, जिन्ना खो सके उन्ना घट करना है, असी दोनों साइड तो पकड़ के कलगी वाला पेज खिंच के अंदर लै लेना। देखो देखने वेले तुहानू लगेगा कि ये चौड़ा लग रहा, ठीक है, जो असी इहनू उपरों पकड़ांगे ना खिंचांगे उदों ऑटोमैटिकली घट हो जाना है, ठीक है। बाकी दोनों पल्लों तो बराबर करके अंदर नू लगा देना, इहनू सिलाई दी मदद नाल चंगी तरह अंदर कर लियो, तो दोनों साइड तो ढिला मठा कपड़ा भी लुपी दे अंदर कर देना असी। तो हुण मेरे वीरों असी तुहानू सारी दस्तार दे दर्शन करावांगे मेरे वीरों। तो हुण तुसी देख सकते हो फ्रंट तो जी, ठीक है जी, तो हुण लैफ्ट साइड तो चंगी तरह देख लो जी, कितने भी कोई दस्तार की कमी पेशी जी किमें सैट करनी है तुम्हें सारी दस खाती हुई सी चंगी तरह स्टैप बाय स्टैप। राइट साइड तो देखो जी दस्तार नू, हुण दोबारा फ्रंट तो जिहड़े मेरे वीर नवे ने और चैनल नू सबसक्राइब कर लैन, बैल आइकन क्लिक कर लैन, नवी वीडियो का लिंक डिस्क्रिप्शन च ने जां आई बटन ते जाके देख सकते हो। सारा दा बहुत बहुत धन्यवाद वीडियो में देखने लई। वाहिगुरू जी का खालसा, वाहिगुरू जी की फतेह।